ਕੋਰੋਨਾ ਵਾਇਰਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਡਰ ਅਤੇ ਇੱਕ ਕਹਿਰ, ਜਿਹੜਾ ਕੁਦਰਤੀ ਆਫਤ ਕਹਿ ਸਕਦੇ ਹਾਂ ਉਹਨੂੰ, ਉਹ ਲਗਾਤਾਰ ਬਣੀ ਹੋਈ ਹੈ। ਔਰ ਬੜੀ ਵਧੀਆ ਗੱਲ ਹੈ ਕਿ ਲੋਕ ਜਿਹੜੇ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ, ਲੋਕ ਨੇ, ਉਹ ਅੱਗੇ ਆ ਰਹੇ ਆ, ਇਹਨਾਂ ਗਰੀਬ ਪਰਿਵਾਰਾਂ ਤੱਕ ਪਹੁੰਚ ਕਰ ਰਹੇ ਆ। ਸਾਡੇ ਇਹਨਾਂ ਦੋਸਤਾਂ ਨੇ ਸਾਰਿਆਂ ਨੇ, ਇੱਧਰ ਟੈਬੀ ਆ, ਦੀਪਕ ਭਾਅ ਜੀ ਆ, ਪਨੋਟ ਸਾਹਿਬ ਆ, ਵਰੁਣ ਆ, ਆਪਣੇ ਮੁੰਡਾ ਪਿੱਛੇ, ਸਾਰੇ 8-10 ਮੁੰਡਿਆਂ ਨੇ, ਸਾਰਿਆਂ ਨੇ ਅਸੀਂ ਰਲ ਕੇ ਇੱਕ ਟੀਮ ਬਣਾਈ ਹੈ ਕਿ ਉਹਨਾਂ ਗਰੀਬ ਪਰਿਵਾਰਾਂ ਤੱਕ ਪਹੁੰਚਿਆ ਜਾਵੇ ਜਿਨ੍ਹਾਂ ਦੇ ਕੋਲ ਇਸ ਵੇਲੇ ਖਾਣ ਨੂੰ ਰੋਟੀ ਨਹੀਂ ਹੈਗੀ। ਸੋ ਬੜੀ ਚੰਗੀ ਗੱਲ ਹੈ, ਜਿਹੜੇ ਇੱਦਾਂ ਦੇ ਮੁੰਡੇ ਹਿੰਮਤ ਕਰ ਰਹੇ ਆ, ਜਿਨ੍ਹਾਂ ਨੇ ਮੇਰੇ ਨਾਲ ਹਿੰਮਤ ਕੀਤੀ ਹੈ। ਸਾਨੂੰ ਅਸਲ 'ਚ ਅਸੀਂ ਕੱਲ੍ਹ ਦੇ ਲੱਗੇ ਹਾਂ, ਕੱਲ੍ਹ ਬਰਸਾਤ ਸੀਗੀ ਜੀ, ਐਕਚੁਅਲੀ ਸਾਡੇ ਕੋਲ ਕੁਛ ਪਾਸੇ ਜਿਹੜੇ ਆ ਉਹ ਅਰੇਂਜ ਨਹੀਂ ਹੋ ਪਾਏ ਕਿਉਂਕਿ ਅਸੀਂ ਕਾਨੂੰਨ ਦੀ ਉਲੰਘਣਾ ਵੀ ਕਰਨਾ ਨਹੀਂ ਚਾਹੁੰਦੇ ਸੀ। ਸੋ ਅੱਜ ਸਾਡੇ ਕੋਲ ਅਰੇਂਜ ਹੋਏ, ਸਾਨੂੰ ਪਰਮਿਸ਼ਨ ਮਿਲੀ ਅਤੇ ਅਸੀਂ ਫਿਰ ਸੜਕ ਦੇ ਉੱਤੇ ਉਤਰੇ ਹਾਂ।